ਰੋਮਾਂਟਿਕ ਫਿਲਮ ਹੈ, ਯੈਸ ਬਿਲਕੁਲ ਹੈ। ਕੁੜੀ ਬਾਹਰੋਂ ਆਉਂਦੀ ਹੈ ਐਂਡ ਪੰਜਾਬ 'ਚ ਐਕਸਪੀਰੀਅੰਸ ਕਰਦੀ ਹੈ, ਪੰਜਾਬ ਸ਼ਹਿਰ ਦੇਖਦੀ ਹੈ ਐਂਡ ਮਜਨੂੰ ਨੂੰ ਮਿਲਦੀ ਹੈ ਐਂਡ ਕੀ ਹੁੰਦਾ ਉਹਦੇ ਨਾਲ, ਐਂਡ ਕਾਫੀ ਇਮੋਸ਼ਨਲ ਜਰਨੀ ਰਹੀ ਹੈ। ਪੰਗੂ ਮੈਮ ਨਾਲ ਫਿਰ ਤੋਂ ਕੰਮ ਕਰਨ ਦਾ ਮੌਕਾ ਮਿਲਿਆ, ਬਹੁਤ ਵਧੀਆ ਲੱਗਿਆ। ਐਂਡ ਮੇਰਾ ਇਸ ਫਿਲਮ ਵਿੱਚ ਕਰੈਕਟਰ ਹੈ, ਨਾਮ ਹੈ ਪੇਜੀ ਪਰਫੈਕਟ, ਕੰਮ ਕਰਦਾ ਡਾਇਰੈਕਟ। ਤੁਸੀਂ ਮੇਰੇ ਸਾਰੇ ਗੰਦੇ ਕੰਮ ਇਹਨਾਂ ਨੇ ਕਰਾਏ ਫਿਲਮ 'ਚ। ਤੁਸੀਂ ਮੇਰੇ ਕਿਰਦਾਰ ਨੂੰ ਅਤੇ ਇਸ ਫਿਲਮ ਨੂੰ ਵੇਖ ਕੇ ਇੱਕ ਵਾਰੀ ਜ਼ਰੂਰ ਕਰੋਗੇ ਰਿਐਕਟ। ਆਵਾਜ਼ ਆ ਰਹੀ ਹੈ ਜੀ, ਥੈਂਕ ਯੂ। ਪਹਿਲਾਂ ਤਾਂ ਜਿਹੜੀ ਗੱਲ ਬਣਦੀ ਹੈ, ਪਹਿਲਾਂ ਆਪਾਂ ਉਹ ਗੱਲ ਕਰੀਏ। ਜਦੋਂ ਜੀ ਇੰਨੇ ਬੰਦੇ ਇਕੱਠੇ ਕਰਨੇ ਹੁੰਦੇ ਨਾ, ਟਾਈਮ ਥੋੜ੍ਹਾ ਉੱਤੇ ਥੱਲੇ ਹੋ ਜਾਂਦਾ। ਮੈਂ ਸਾਡੀ ਟੀਮ ਵੱਲੋਂ ਤੁਹਾਤੋਂ ਮਾਫ਼ੀ ਮੰਗਦਾ ਕਿ ਅਸੀਂ ਲੇਟ ਹਾਂ, ਜੋ ਕਿ ਨਹੀਂ ਹੋਣਾ ਚਾਹੀਦਾ। ਬਟ ਸਟਿਲ ਆਈ ਹੋਪ ਤੁਸੀਂ ਸਾਨੂੰ ਮਾਫ਼ੀ ਦਿਓਗੇ ਅਤੇ ਅੱਗੇ ਦੀ ਜਿੰਨੀ ਪ੍ਰੋਸੀਡਿੰਗ ਆਪਾਂ ਸਮੂਥਲੀ ਅਤੇ ਬੜੇ ਪਿਆਰ ਨਾਲ ਤੁਹਾਡੇ ਨਾਲ ਅੱਗੇ ਵਧਾ ਸਕੀਏ। ਸੋ ਇੱਕ ਵਾਰ ਪਲੀਜ਼ ਮੇਰੀ ਰਿਕੁਐਸਟ 'ਤੇ ਸਾਰਾ ਮੀਡੀਆ, ਸਾਰੀ ਸਟਾਰਕਾਸਟ ਮੀਡੀਆ ਲਈ ਇੱਕ ਵਾਰ ਤਾੜੀ ਜ਼ਰੂਰ ਲਾ ਦਿਓ ਪਲੀਜ਼, ਥੈਂਕ ਯੂ। ਕਾਫ਼ੀ ਸਾਲਾਂ ਤੋਂ ਆਪਾਂ ਸਾਰੇ ਥੋੜ੍ਹੇ ਥੋੜ੍ਹੇ ਇੰਟਰਵਲ 'ਤੇ ਮਿਲਦੇ ਰਹਿੰਦੇ ਹਾਂ। 2018 'ਚ ਮੇਰੀ ਪਹਿਲੀ ਫਿਲਮ ਆਈ ਸੀ ਕੰਡੇ, ਅਤੇ ਅੱਜ 2024 ਹੋ ਗਿਆ ਅਤੇ ਅੱਜ ਮਜਨੂੰ ਦੇ ਰੂਪ ਵਿੱਚ ਤੁਹਾਨੂੰ ਮਿਲ ਰਿਹਾ। ਜਿਵੇਂ ਬ੍ਰਦਰ ਨੇ ਕਿਹਾ ਕਿ ਤੁਹਾਡੇ ਐਕਸਪੀਰੀਅੰਸ ਸ਼ੇਅਰ ਕਰੋ, ਇਹ ਫਿਲਮ ਇੱਕ ਰੋਮਾਂਟਿਕ ਫਿਲਮ ਹੈ, ਯੈਸ ਬਿਲਕੁਲ ਹੈ। ਇੱਕ ਪੰਜਾਬੀ ਜਿਹੜਾ ਤੜਕਾ ਹੁੰਦਾ ਹੈ ਉਹ ਬਿਲਕੁਲ ਹੈ ਸਾਡੇ ਕੋਲ। ਜਿਵੇਂ ਸਾਡੇ ਸੀਨੀਅਰ ਕਲਾਕਾਰ ਨੇ, ਇੰਡਸਟਰੀ ਦੇ ਸਾਰੇ ਬੈਠੇ ਨੇ ਸਟੇਜ 'ਤੇ ਸਾਹਿਬਾਨ, ਜਦੋਂ ਆਪਾਂ ਇਹੋ ਜਿਹੇ ਕਲਾਕਾਰ ਲੈ ਲੈਂਦੇ ਹਾਂ ਤਾਂ ਆਪਾਂ ਉਹਨਾਂ ਨੂੰ ਯੂਜ਼ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਫਿਲਮ 'ਚ। ਉਹੀ ਸਾਡੀ ਕੋਸ਼ਿਸ਼ ਰਹੀ ਹੈ ਕਿ ਫਿਲਮ ਦਾ ਹਰ ਕਿਰਦਾਰ ਆਪਣਾ ਰੋਲ ਚੰਗੀ ਤਰ੍ਹਾਂ ਨਿਭਾ ਸਕੇ। ਹਮੇਸ਼ਾ ਦੀ ਤਰ੍ਹਾਂ ਇਹ ਕੋਸ਼ਿਸ਼ ਰਹੀ ਹੈ ਕਿ ਚੰਗਾ ਸਿਨੇਮਾ ਬਣਾਈਏ। ਐਜ਼ ਐਨ ਐਕਟਰ ਕੋਸ਼ਿਸ਼ ਰਹੀ ਹੈ ਕਿ ਮੇਰੀ ਪਰਫੋਰਮੈਂਸ ਚੰਗੀ ਹੋਵੇ। ਉਸ ਤੋਂ ਇਲਾਵਾ ਕਿਸੇ ਵੀ ਫਿਲਮ ਦਾ ਮਿਊਜ਼ਿਕ ਉਹਦੀ ਬੈਕਬੋਨ ਹੁੰਦਾ ਅਤੇ ਰੀੜ੍ਹ ਦੀ ਹੱਡੀ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ। ਸੋ ਮੈਂ ਪਰਸਨਲੀ ਗੁਰਮੀਤ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਸਾਰੇ ਸਿੰਗਰ ਸਾਹਿਬਾਨ, ਬਟ ਸਭ ਤੋਂ ਜ਼ਿਆਦਾ ਸਰ ਦਾ, ਕਿਉਂਕਿ ਸਰ ਨੇ ਸਾਡਾ ਕਾਫ਼ੀ ਸਾਲਾਂ ਤੋਂ ਸਾਥ ਦਿੱਤਾ ਇਸ ਫਿਲਮ ਦਾ। ਕਈ ਵਾਰ ਕਈ ਗਾਣੇ ਦੁਆਰਾ ਦੁਆਰਾ ਬਣੇ ਨੇ, ਸਕਰੈਚ ਤੋਂ ਬਣੇ ਨੇ, ਕਈ ਗਾਣੇ ਨੇ ਪਹਿਲੀ ਵਾਰ 'ਚ ਹੀ ਸੋਲਿਡ ਸਾਨੂੰ ਪਸੰਦ ਆ ਗਏ, ਪਰ ਕਈਆਂ 'ਤੇ ਭਾਅ ਜੀ ਨੇ ਸਾਡਾ ਬਹੁਤ ਬਹੁਤ ਮਾਣ ਰੱਖਿਆ ਅਤੇ ਗੁਰਮੀਤ ਜੀ ਦਾ ਬਹੁਤ ਬਹੁਤ ਧੰਨਵਾਦ। ਸਾਡੇ ਪ੍ਰੋਡਿਊਸਰ ਸਾਹਿਬ ਨੇ ਜੀ, ਤਿਲੋਕ ਕੋਠਾਰੀ ਜੀ ਗੁਜਰਾਤ ਤੋਂ ਨੇ ਅਤੇ ਪਹਿਲੀ ਪੰਜਾਬੀ ਫਿਲਮ ਬਣਾ ਰਹੇ ਨੇ। ਮੇਰਾ ਸ਼ਾਇਦ ਥੋੜ੍ਹਾ ਜਿਹਾ ਗੁਜਰਾਤੀਆਂ ਨਾਲ ਪਿਆਰ ਜ਼ਿਆਦਾ ਹੈ, ਕੁਝ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦੇ, ਪ੍ਰੋਡਿਊਸਰ ਵੀ ਗੁਜਰਾਤ ਤੋਂ ਸੀਗੇ ਤਾਂ ਹੁਣ ਕੋਠਾਰੀ ਸਾਹਿਬ ਵੀ ਆ ਗਏ ਨੇ। ਗੁਜਰਾਤ ਕਿ ਰਾਜਸਥਾਨ ਸਰ? ਰਾਜਸਥਾਨ, ਸੋਰੀ। ਥੈਂਕ ਯੂ ਸਰ, ਤੁਸੀਂ ਬਚਾ ਲਿਆ। ਦੇਖਿਆ, ਇਹੀ ਫਾਇਦਾ ਹੁੰਦਾ ਸੀਨੀਅਰ ਦਾ, ਇਹ ਬਚਾ ਲੈਂਦੇ ਬੱਚਿਆਂ ਨਾਲ ਗਲਤੀ ਕਰਨ ਲੱਗਦੇ ਆ। ਸੋ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ। ਮੈਂ ਹੁਣ ਬਹੁਤਾ ਸਮਾਂ ਨਹੀਂ ਲਊਂਗਾ, ਹੌਲੀ ਹੌਲੀ ਹੋਰ ਗੱਲਾਂ ਆਪਾਂ ਕਰਾਂਗੇ। ਬਟ ਅਗੇਨ ਹੁਣ ਮੈਂ ਰਿਕੁਐਸਟ ਕਰੂੰਗਾ ਤੁਸੀਂ ਪ੍ਰੋਸੀਡਿੰਗ ਅੱਗੇ ਵਧਾਓ। ਥੈਂਕ ਯੂ ਸੋ ਮੱਚ ਫੋਰ ਯੋਰ ਟਾਈਮ, ਥੈਂਕ ਯੂ। ਥੈਂਕ ਯੂ ਸੋ ਮੱਚ ਬਾਈ। ਸੋ ਹੁਣ ਆਪਾਂ ਰਿਕੁਐਸਟ ਕਰਦੇ ਤੁਸੀਂ ਇੱਕ ਵਾਰ ਪਲੀਜ਼ ਮਾਈਕ ਅੱਗੇ ਪਾਸ ਕਰ ਦਿਓ, ਆਪਾਂ ਹੋਰ ਬਾਕੀ ਸਟਾਰ ਕਾਸਟਾਂ ਵੀ ਗੱਲਾਂ ਕਰਨੀਆਂ। ਯੈਸ, ਇਹਨਾਂ ਨੂੰ ਪੁੱਛ ਲਓ ਜੀ ਨਾ। ਹਾਂ, ਉਹ ਸੰਗ ਰਹੇ ਹੈ, ਕਹਿੰਦੇ ਪਹਿਲਾਂ ਉੱਧਰੋਂ ਸ਼ੁਰੂ ਕਰੋ ਸਾਬੀ ਹੋਣਾ ਵੱਲੋਂ। ਹਾਂਜੀ, ਓਕੇ, ਚਲੋ ਜੀ।
ਹਾਂਜੀ ਸਰ ਪਲੀਜ਼ ਹੁਣ ਸਭ ਲਈ ਰਿਕੁਐਸਟ ਹੈ ਕਿ ਪਲੀਜ਼ ਮੂਵੀ ਦੇ ਬਾਰੇ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਐਂਡ ਉਸ ਮੂਵੀ ਦੇ ਵਿੱਚ ਤੁਹਾਡਾ ਕਰੈਕਟਰ ਕੀ ਹੈ ਅਤੇ ਕਿੱਦਾਂ ਦੀ ਮੂਵੀ ਹੋਣ ਵਾਲੀ ਹੈ ਪਲੀਜ਼ ਥੋੜ੍ਹਾ ਦੱਸੋ ਮੀਡੀਆ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰੇ ਕਰੈਕਟਰ ਦਾ ਨਾਮ ਮਾਹੀ ਹੈ ਐਂਡ ਇਹ ਫਿਲਮ 'ਚ ਮੈਂ ਇੱਕ NRI ਦਾ ਕਰੈਕਟਰ ਪਲੇ ਕਰ ਰਹੀ ਹਾਂ। ਕੁੜੀ ਬਾਹਰੋਂ ਆਉਂਦੀ ਹੈ ਐਂਡ ਪੰਜਾਬ 'ਚ ਐਕਸਪੀਰੀਅੰਸ ਕਰਦੀ ਹੈ, ਪੰਜਾਬ ਸ਼ਹਿਰ ਦੇਖਦੀ ਹੈ ਐਂਡ ਮਜਨੂੰ ਨੂੰ ਮਿਲਦੀ ਹੈ ਐਂਡ ਕੀ ਹੁੰਦਾ ਉਹਦੇ ਨਾਲ, ਐਂਡ ਕਾਫੀ ਇਮੋਸ਼ਨਲ ਜਰਨੀ ਰਹੀ ਹੈ ਐਂਡ ਕਾਫੀ ਇਮੋਸ਼ਨਲੀ ਡਰੇਨਿੰਗ ਕਰੈਕਟਰ ਰਿਹਾ ਹੈ ਮੇਰੀ ਫਿਲਮ 'ਚ ਐਂਡ ਬਹੁਤ ਮਜ਼ਾ ਆਇਆ ਕੰਮ ਕਰਕੇ ਐਂਡ ਇੰਨੇ ਅੱਛੇ ਹਾਂਜੀ ਹਾਂਜੀ ਪ੍ਰੀਤ ਬਹੁਤ ਹੀ ਅੱਛੇ ਕੋਸਟਾਰ ਰਹੇ ਹੈ ਮੇਰੇ ਨਾਲ ਐਂਡ ਬਹੁਤ ਹੀ ਬਹੁਤ ਕੁਛ ਸਿਖਾਇਆ ਵੀ ਇਹਨਾਂ ਨੂੰ, ਮੇਰੀ ਬਹੁਤ ਹੀ ਹੈਲਪ, ਬਹੁਤ ਹੀ ਅੱਛੇ ਕੋ ਆਰਟਿਸਟ ਨੇ ਐਂਡ ਕਿਰਨ ਵੀ ਬਹੁਤ ਸਵੀਟ ਹੈ, ਅਸੀਂ ਐਜ਼ ਅ ਫਰੈਂਡ ਕੰਮ ਕੀਤਾ ਹੈ, ਨਾ ਕਿ ਐਜ਼ ਅ ਕਿ ਕੋ ਆਰਟਿਸਟ, ਬਹੁਤ ਹੀ ਅੱਛਾ ਨਹੀਂ ਹੈ ਬਹੁਤ ਵੱਡਾ ਸੱਚ ਐਂਡ ਬਹੁਤ ਵਧੀਆ ਸੌਂਗਸ ਨੇ ਇਸ ਫਿਲਮ 'ਚ ਐਂਡ ਪੰਗੂ ਮੈਮ ਨਾਲ ਫਿਰ ਤੋਂ ਕੰਮ ਕਰਨ ਦਾ ਮੌਕਾ ਮਿਲਿਆ, ਬਹੁਤ ਵਧੀਆ ਲੱਗਿਆ ਐਂਡ ਸਤਵਿੰਦਰ ਜਮਾਲ ਸਰ, ਇੰਨੇ ਵੱਡੇ ਵੱਡੇ ਸਟਾਰਸ ਨੇ ਇਸ ਫਿਲਮ 'ਚ, ਨਿਰਮਲ ਰਿਸ਼ੀ ਮੈਮ ਐਂਡ ਬਹੁਤ ਵਧੀਆ ਡਾਇਰੈਕਸ਼ਨ ਕੀਤੀ ਹੈ ਸੁਜਾਤ ਸਰ ਨੇ ਐਂਡ ਯੈਸ ਬਹੁਤ ਮਜ਼ਾ ਆਇਆ, ਥੈਂਕ ਯੂ ਸੋ ਮੱਚ। ਥੈਂਕ ਯੂ ਸੋ ਮੱਚ। ਯੈਸ ਹੁਣ ਆਪਾਂ ਮਾਈਕ ਫੋਰਵਰਡ ਕਰਾਂਗੇ ਕਿਰਨ ਹੁਣਾਂ ਨੂੰ। ਹਾਂਜੀ ਹੁਣ ਤੁਹਾਡੀ ਵਾਰੀ ਆ ਗਈ ਹੈ, ਸੋ ਹੁਣ ਤੁਸੀਂ ਪਲੀਜ਼ ਮੀਡੀਆ ਨੂੰ ਥੋੜ੍ਹਾ ਆਪਣੇ ਕਰੈਕਟਰ ਬਾਰੇ ਐਂਡ ਇਸ ਫਿਲਮ ਬਾਰੇ ਪਲੀਜ਼ ਦੱਸੋ। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਇੱਥੇ ਆਏ ਸਾਨੂੰ ਟਾਈਮ ਦਿੱਤਾ, ਥੈਂਕ ਯੂ। ਫਿਲਮ ਬਾਰੇ ਆਪਾਂ ਕੁਛ ਤੁਹਾਡੇ ਤੋਂ ਜਾਣਾਂਗੇ, ਬਿਕੋਜ਼ ਪੋਸਟਰ ਦੇ ਵਿੱਚ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ, ਇੱਥੇ ਵੀ ਤੁਸੀਂ ਓਨੀ ਬਾ ਕਮਾਲ ਨਾਲ ਬੋਲਣਾ ਪੈਣਾ ਇਸ ਫਿਲਮ ਬਾਰੇ। ਹਾਂਜੀ ਥੈਂਕ ਯੂ। ਮੈਂ ਮਜਨੂੰ ਦੀ ਤਾਰੀਫ ਕਰਨ ਲੱਗੀ ਹਾਂ, ਐਕਚੁਲੀ ਸੱਚੀ ਵਿੱਚ ਮਜਨੂੰ ਨੇ ਬਹੁਤ ਵਧੀਆ ਕੰਮ ਕੀਤਾ ਹੈ, ਮਤਲਬ ਐਜ਼ ਐਨ ਐਕਟਰ ਮੈਂ ਸੱਚੀ ਮਤਲਬ ਮਜਨੂੰ ਦਾ ਕੰਮ ਬਹੁਤ ਪਸੰਦ ਕਰਦੀ ਹਾਂ। ਉਹ ਵੀ ਤਾਰੀਫ ਹੁਣ ਠੀਕ ਆ, ਓਕੇ ਹੁਣ ਹੁਣ ਤੁਸੀਂ ਆਪਣੇ ਬਾਰੇ, ਹੁਣ ਆਪਣੇ ਬਾਰੇ ਮੇਰੇ ਬਾਰੇ ਓਕੇ। ਮੇਰਾ ਨਾਮ ਕਿਰਨ ਸ਼ੇਰਗਿੱਲ ਆ, ਮੈਂ ਮੁੰਬਈ 'ਚ ਰਹਿੰਦੀ ਹਾਂ, ਵੈਸੇ ਤਾਂ ਮੋਹਾਲੀ ਤੋਂ ਹਾਂ ਬਟ ਮੈਂ ਕਾਫੀ ਟਾਈਮ ਤੋਂ ਮੁੰਬਈ 'ਚ ਕੰਮ ਕਰ ਰਹੀ ਹਾਂ ਅਤੇ ਹੁਣ ਆਪਾਂ ਇੱਕ ਪੰਜਾਬੀ ਫਿਲਮ ਮਜਨੂੰ ਲੈ ਕੇ ਆ ਰਹੇ ਹਾਂ ਤੁਹਾਡੇ ਸਾਰਿਆਂ ਵਾਸਤੇ, ਆਈ ਵਿਸ਼ ਕਿ ਤੁਹਾਨੂੰ ਪਸੰਦ ਆਏਗੀ। ਅਤੇ ਹੁਣ ਬਾਕੀ ਸਾਰੇ ਜਿਹੜੇ ਐਕਟਰ ਹੈਗੇ ਨੇ, ਸੈਬੀ ਆਲਸੋ ਲਾਈਕ ਬਹੁਤ ਵਧੀਆ ਮੇਰੇ ਨਾਲ ਬੌਂਡਿੰਗ ਹੈ, ਅਸੀਂ ਬਹੁਤ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਵੇ। ਅਤੇ ਸਾਡੇ ਨਾਲ ਸਾਡੇ ਵੱਡੇ ਐਕਟਰ ਹੈਗੇ ਨੇ ਸ਼ਵਿੰਦਰ ਜੀ, ਪੰਗੂ ਮੈਮ, ਮਲਕੀਤ ਰਾਣੀ ਜੀ ਜੋ ਹਜੇ ਤੱਕ ਆਏ ਨਹੀਂ ਹੈਗੇ, ਅਤੇ ਹੋਰ ਲਾਈਕ ਸਾਡੇ ਪ੍ਰੋਡਿਊਸਰ ਨੇ ਗੁਠਾਰੀ ਜੀ ਜਿਹੜੇ ਬੋਂਬੇ ਤੋਂ ਆਏ ਨੇ ਸਾਡਾ ਸਾਥ ਦੇ ਰਹੇ ਨੇ, ਇੰਨਾ ਗੁਰਮੀਤ ਜੀ ਜਿਨ੍ਹਾਂ ਨੇ ਇੰਨਾ ਕੁ ਵਧੀਆ ਮਿਊਜ਼ਿਕ ਦਿੱਤਾ ਹੈ ਫਿਲਮ ਵਿੱਚ, ਲਾਈਕ ਕਿ ਸਾਨੂੰ ਤਾਂ ਬਹੁਤ ਪਸੰਦ ਆਇਆ, ਆਈ ਵਿਸ਼ ਕਿ ਤੁਹਾਨੂੰ ਵੀ ਸਾਰਿਆਂ ਨੂੰ ਬਹੁਤ ਪਸੰਦ ਆਊਗਾ। ਅਤੇ ਮੇਰੇ ਡਾਇਰੈਕਟਰ ਸੁਜਾਤ ਜੀ, ਸੁਜਾਤ ਇਕਬਾਲ ਖਾਨ, ਜੋ ਕਿ ਬਹੁਤ ਟਾਈਮ ਤੋਂ ਇਸ ਫਿਲਮ 'ਤੇ ਮਿਹਨਤ ਕਰ ਰਹੇ ਨੇ ਅਤੇ ਇਹਨੂੰ ਇੱਕ ਵਧੀਆ ਪ੍ਰੋਜੈਕਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਆਪਾਂ। ਅਤੇ ਹੁਣ ਆਪਾਂ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ ਮਜਨੂੰ, ਤੁਹਾਨੂੰ ਸਾਰਿਆਂ ਨੂੰ ਮਜਨੂੰ ਬਣਾਉਣ ਵਾਸਤੇ, ਆਪਾਂ ਤਾਂ ਹੁਣ ਮਜਨੂੰ ਹੈਗੇ ਹੀ ਹਾਂ, ਤੁਸੀਂ ਸਾਰੇ ਵੀ ਹੁਣ ਮਜਨੂੰ ਬਣ ਜਾਓ ਸਾਡੇ ਨਾਲ, ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੱਚ। ਕਿਆ ਬਾਤ, ਥੈਂਕ ਯੂ ਸੋ ਮੱਚ। ਯੈਸ ਸੋ ਹੁਣ ਰਿਕੁਐਸਟ ਕਰਦਾ ਮੈਂ ਸ਼ਵਿੰਦਰ ਮਾਲ ਸਰ ਨੂੰ ਕਿ ਪਲੀਜ਼ ਇੱਕ ਵਾਰੀ ਮੂਵੀ ਬਾਰੇ ਐਂਡ ਆਪਣੇ ਇਸ ਕਰੈਕਟਰ ਬਾਰੇ ਪਲੀਜ਼ ਥੋੜ੍ਹਾ ਦੱਸੋ। ਹੈਲੋ, ਕਿੱਥੋਂ ਸ਼ੁਰੂ ਕਰੀਏ, ਕਿਉਂਕਿ ਟਾਈਮ, ਸਭ ਤੋਂ ਪਹਿਲਾਂ ਤਾਂ ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਦੱਸ ਰਿਹਾ ਸੀਗਾ ਪੰਗੂ ਭੈਣ ਜੀ ਨੂੰ, ਮੈਂ ਕਿਹਾ ਜੋ ਵੀ ਹੈ ਇਹ ਮਜਨੂੰ ਨੂੰ ਦੇਖਣ ਆਏ ਹੈ ਜਾਂ ਮਜਨੂੰ ਦੀ ਪ੍ਰਮੋਸ਼ਨ ਕਰਨ ਦੇ ਵਾਸਤੇ ਸਾਡੇ ਨਾਲ ਇਕੱਠੇ ਹੋਏ ਹਾਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਕਿਉਂਕਿ ਮੀਡੀਆ ਤੋਂ ਬਿਨਾਂ ਕੋਈ ਵੀ ਫਿਲਮ ਇੰਡਸਟਰੀ ਜਾਂ ਕੋਈ ਵੀ ਫਿਲਮ ਸਕਸੈਸ ਨਹੀਂ, ਮਤਲਬ ਨਹੀਂ ਸਮਝੀ ਜਾਂਦੀ।
ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂਗਾ ਕਿ ਇਹ ਟੀਮ ਬੜੀ ਅੱਛੀ ਹੈਗੀ ਹੈ ਜਿਹੜੇ ਸਾਡੇ ਡਾਇਰੈਕਟਰ ਨੇ ਸੁਦਾਦ ਇਕਬਾਲ ਖਾਨ ਇਜ਼ ਵੈਰੀ ਗੁੱਡ। ਜਦੋਂ ਸ਼ੁਰੂ 'ਚ ਮਿਲੇ ਅਸੀਂ ਤਾਂ ਇਹ ਬਹੁਤ ਜ਼ਿਆਦਾ ਮਤਲਬ ਹਿੰਦੀ ਦੇ ਵਿੱਚ ਹੀ ਗੱਲਾਂ ਕਰਦੇ ਰਹੇ। ਅਚਾਨਕ ਜਦੋਂ ਪੰਜਾਬੀ ਦਾ ਵਰਡ ਬੋਲਿਆ ਮੈਂ ਕਿਹਾ ਯਾਰ ਤੁਸੀਂ ਪੰਜਾਬੀ ਜਾਣਦੇ ਹੋ? ਕਹਿੰਦੇ ਹਾਂ ਮੈਂ ਬੇਸਿਕਲੀ ਪੰਜਾਬੀ ਹਾਂ। ਮੈਂ ਕਿਹਾ ਫਿਰ ਕੰਨ ਜ਼ੋਰ ਲਾ ਰਹੇ ਹਾਂ ਥੋੜ੍ਹਾ ਜਿਹਾ ਆਪਾਂ ਪੰਜਾਬੀ 'ਚ ਵੀ ਗੱਲ ਕਰ ਲਈਏ। ਸੋ ਇਹਨਾਂ ਨੇ ਫਿਲਮ ਬਣਾਈ ਹੈ ਅਤੇ ਕੋਠਾਰੀ ਜੀ ਨੇ ਰਾਜਸਥਾਨ ਤੋਂ ਆਏ ਨੇ, ਉਹ ਥੋੜ੍ਹਾ ਜਿਹਾ ਦੱਸਣ 'ਚ ਹੀਰੋ ਨੂੰ ਹੋ ਗਈ ਗਲਤੀ ਅਤੇ ਰਾਜਸਥਾਨ ਦੇ ਨੇ ਕੋਠਾਰੀ ਜੀ। ਬਾਹਰੋਂ ਆ ਕੇ ਵੀ ਦੇਖੋ ਫਿਲਮਾਂ ਬਣਾ ਰਹੇ ਨੇ, ਪੰਜਾਬੀਆਂ ਨੇ ਤਾਂ ਬਣਾਉਣੀ ਹੀ ਬਣਾਉਣੀ ਆ, ਅਤੇ ਬਾਹਰੋਂ ਆ ਕੇ ਇਹਨਾਂ ਨੇ ਰਾਜਸਥਾਨ ਦੇ, ਅਸੀਂ ਕਈ ਰਾਜਸਥਾਨ ਦੇ ਪ੍ਰੋਡਿਊਸਰਸ ਦੀ ਫਿਲਮ ਕੀਤੀ ਹੈ। ਸੋ ਫਿਲਮ ਬਣਾਈ ਜਾਂਦੀ ਹੈ ਐਂਟਰਟੇਨਮੈਂਟ ਵਾਸਤੇ, ਐਂਟਰਟੇਨਮੈਂਟ ਦਰਸ਼ਕਾਂ ਨੂੰ ਐਂਟਰਟੇਨਮੈਂਟ, ਨਾਲ ਨਾਲ ਕੀ ਹੈ ਕਿ ਸਮਾਜ ਦੇ ਵਿੱਚ ਕੋਈ ਨਾ ਕੋਈ ਚੀਜ਼ ਅੱਛੀ ਹੁੰਦੀ ਹੈ, ਅੱਛੀ ਦੱਸੀ ਜਾਂਦੀ ਹੈ, ਹੋਣੀ ਚਾਹੀਦੀ ਹੈ। ਸੋ ਮੇਰਾ ਖਿਆਲ ਹੈ ਕੁਛ ਗੈਸਟ ਹੋਰ ਵੀ ਆਏ ਨੇ। ਹਰ ਪ੍ਰਮੋਸ਼ਨ ਦੇ ਵਿੱਚ ਅਸੀਂ ਕੋਈ ਵੀ ਆਦਮੀ ਆਪਣੀ ਫਿਲਮ ਦੀ ਨਖੇਧੀ ਨਹੀਂ ਕਰਦਾ, ਤਾਰੀਫ ਹੀ ਕਰਦਾ। ਸੋ ਇਹ ਮਜਨੂੰ ਐਂਟਰਟੇਨਮੈਂਟ ਦੀ ਫਿਲਮ ਹੈ। ਸੋ ਮੇਰਾ ਖਿਆਲ ਹੈ ਸਾਰੇ ਲਾਈਕ ਕਰਨਗੇ, ਦੇਖਣ ਜ਼ਰੂਰ ਜਾਣਗੇ ਕਿ ਮਜਨੂੰ ਦੇ ਵਿੱਚ ਮਜਨੂੰ ਨੇ ਕੀ ਕੀਤਾ ਅਤੇ ਇਹਨਾਂ ਨੇ ਕੀ ਕਿਹੋ ਜਿਹੀ ਫਿਲਮ ਬਣਾਈ ਹੈ। ਆਊਟ ਐਂਡ ਆਊਟ ਇਹ ਐਂਟਰਟੇਨਮੈਂਟ ਹੈ ਅਤੇ ਨਾਲ ਨਾਲ ਮੈਸੇਜ ਵੀ ਦਿੱਤਾ ਜਾਂਦਾ, ਹਰ ਫਿਲਮ ਦੇ ਵਿੱਚ ਹੁੰਦਾ ਹੈ। ਸਮਝਣ ਵਾਲੇ ਦੀ ਗੱਲ ਹੈ ਕਿ ਉਹਨੇ ਕੀ ਮੈਸੇਜ ਸਮਝਣਾ ਹੈ, ਦੇਖਣਾ ਹੈ। ਸੋ ਵਿਸ਼ ਯੂ ਆਲ ਦਾ ਬੈਸਟ ਸਾਰੀ ਟੀਮ ਦਾ, ਅਤੇ ਮੇਰਾ ਖਿਆਲ ਹੈ ਵੀ ਪ੍ਰੋਡਿਊਸਰ ਦੇ ਕਾਹੋ ਜਿਹਨੂੰ ਕਹਿੰਦੇ ਆ ਵੀ ਪੈਸੇ ਵਸੂਲ ਹੋ ਜਾਣਗੇ ਅਤੇ ਉਹ ਸਮਝੇਗਾ ਕਿ ਮੈਂ ਫਿਲਮ ਬਣਾਈ ਸੀਗੀ ਅਤੇ ਅੱਗੇ ਵੀ ਫਿਲਮ ਬਣਾਵਾਂਗਾ। ਅਤੇ ਸਾਡੇ ਵੱਲੋਂ ਸਾਰਿਆਂ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ, ਵਿਸ਼ ਯੂ ਆਲ ਦਾ ਬੈਸਟ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੀਡੀਆ ਵਾਲੇ ਆਏ ਹੈ ਅਤੇ ਇੱਥੇ ਕਵਰ ਕਰਨ ਵਾਸਤੇ। ਥੈਂਕ ਯੂ ਵੈਰੀ ਮਚ। ਕਿਆ ਬਾਤ ਹੈ ਸਰ, ਥੈਂਕ ਯੂ ਸੋ ਮਚ। ਸੋ ਹੁਣ ਮੈਂ ਰਿਕੁਐਸਟ ਕਰਦਾ ਗੁਰਪ੍ਰੀਤ ਬੰਗੂ ਮੈਮ ਨੂੰ, ਉਹ ਪਲੀਜ਼ ਇਸ ਮੂਵੀ ਦੇ ਬਾਰੇ ਥੋੜ੍ਹਾ ਚਾਨਣ ਪਾਉਣ ਐਂਡ ਥੋੜ੍ਹਾ ਆਪਣੇ ਕਰੈਕਟਰ ਬਾਰੇ ਪਲੀਜ਼ ਦੱਸੋ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰੇ ਵੱਲੋਂ ਪਹਿਲਾਂ ਤਾਂ ਮਜਨੂੰ ਦੀ ਸਾਰੀ ਟੀਮ ਨੂੰ ਮੁਬਾਰਕਬਾਦ। ਮੀਡੀਆ ਬਾਰੇ ਭਾਅ ਜੀ ਨੇ ਸ਼ਬਦ ਕਹੀ ਦਿੱਤੇ, ਕਿਉਂਕਿ ਅਸੀਂ ਤੁਹਾਡੇ ਤੋਂ ਬਿਨਾਂ ਅਧੂਰੇ ਹਾਂ। ਤੁਸੀਂ ਸਾਡੀ ਗੱਲ ਲੋਕਾਂ ਤੱਕ ਲੈ ਕੇ ਜਾਂਦੇ ਹੋ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ, ਜਿਵੇਂ ਅੱਜ ਆਪਾਂ ਇਕੱਠੇ ਹੋਏ ਹਾਂ। ਹਮੇਸ਼ਾ ਹੀ ਸਾਨੂੰ ਸਾਡੇ ਮੀਡੀਆ 'ਤੇ ਮਾਣ ਰਿਹਾ ਅਤੇ ਹੁਣ ਵੀ ਮਾਣ ਹੈ ਕਿ ਸਾਡੀ ਇਸ ਫਿਲਮ ਦੀ ਸਟੋਰੀ ਜੋ ਅੱਜ ਮਿਊਜ਼ਿਕ ਲਾਂਚ ਹੋਣਾ ਹੈ, ਇਹ ਸਾਰੇ ਲੋਕਾਂ ਤੱਕ ਪਹਿਲੇ ਪਹੁੰਚ ਜਾਣਾ। ਅਗਲੀ ਗੱਲ ਇਹ ਕਿ ਪਿਆਰ ਤੋਂ ਬਿਨਾਂ ਇਹ ਦੁਨੀਆ ਅਧੂਰੀ ਹੈ। ਬਹੁਤ ਸੋਹਣੀ ਕਹਾਣੀ ਹੈ, ਜਿਵੇਂ ਲਿਖੀ ਦਿੱਤਾ ਕਿ ਜਿਹੜਾ ਸੱਚਾ ਪਿਆਰ ਹੈ ਉਹ ਤੋਂ ਬਿਨਾਂ ਜਿਹੜੀ ਜ਼ਿੰਦਗੀ ਹੈ ਅਧੂਰੀ ਹੋ ਜਾਂਦੀ ਹੈ। ਅਗਲੀ ਗੱਲ ਅੱਜ ਮਿਊਜ਼ਿਕ ਲਾਂਚ ਹੋਣ ਜਾ ਰਿਹਾ। ਮੈਨੂੰ ਇਹ ਲੱਗਦਾ ਕਿ ਕਿਸੇ ਫਿਲਮ ਦਾ ਮਿਊਜ਼ਿਕ ਹੀ ਦੱਸ ਦਿੰਦਾ ਕਿ ਫਿਲਮ ਕਿਹੋ ਜਿਹੀ ਹੋਊ। ਸਾਰੇ ਬੱਚਿਆਂ ਨੇ ਬਹੁਤ ਵਧੀਆ ਕੰਮ ਕੀਤਾ ਅਤੇ ਮੈਂ ਆਪਣੇ ਬਾਰੇ ਇੱਕੋ ਗੱਲ ਕਹੂੰਗੀ ਕਿ ਹਮੇਸ਼ਾ ਮੈਨੂੰ ਹਰੇਕ ਫਿਲਮ 'ਚ ਇਸ ਤਰੀਕੇ ਨਾਲ ਦੇਖਿਆ ਜਾਂਦਾ ਕਿ ਭੰਗੂ ਮੈਡਮ ਲੜਾਈ ਵਾਲੇ ਸੀਨ ਕਰਦੇ ਆ। ਪਤਾ ਨਹੀਂ ਕਿਉਂ ਪਰਮਾਤਮਾ ਨੇ ਮੇਰੇ ਮੂੰਹ 'ਤੇ ਐਂ ਲਿਖਤਾ ਅਤੇ ਮੈਨੂੰ ਇੱਦਾਂ ਦੇ ਕਰੈਕਟਰ ਮਿਲ ਜਾਂਦੇ ਨੇ। ਪਰ ਹਰ ਕਰੈਕਟਰ ਨੂੰ ਪਿਆਰ ਕਰਦਾ ਹਰ ਆਰਟਿਸਟ, ਅਤੇ ਇਸ ਫਿਲਮ ਦੇ ਵਿੱਚ ਮੈਨੂੰ ਮਾਣ ਹੈ ਕਿ ਮੈਂ ਅਤੇ ਭਾਅ ਜੀ ਬੈਠੇ ਦੇ ਨਾਲ ਅਸੀਂ ਦੋਨਾਂ ਨੇ ਇੱਕ ਕਿਰਨ ਦੇ ਭੂਆ ਫੁੱਫੜ ਦਾ ਕਰੈਕਟਰ ਕੀਤਾ, ਪੋਜ਼ੀਟਿਵ ਕਰੈਕਟਰ ਹੈ। ਜਿਸ ਦਿਨ ਮੈਂ ਲਾਸਟ ਹੁਣ ਸੈਕਿੰਡ ਜਾਂ ਥਰਡ ਸ਼ਡਿਊਲ ਦੇ ਵਿੱਚ ਗਈ ਹਾਂ ਅਤੇ ਜਦੋਂ ਮੈਂ ਉਹ ਗੀਤ
ਫਿਲਮਾਇਆ ਜਾ ਰਿਹਾ ਸੀ ਕਿਰਨ 'ਤੇ ਅਤੇ ਪ੍ਰੀਤ 'ਤੇ। ਸੱਚੀ ਮੈਂ ਵਾਰ ਵਾਰ ਬਹੁਤ ਇਮੋਸ਼ਨਲ ਹੋਈ। ਬਹੁਤ ਅੱਛਾ ਸੌਂਗ, ਸਾਰੇ ਗੀਤ ਬਹੁਤ ਅੱਛੇ ਨੇ, ਬਹੁਤ ਅੱਛੀ ਕਹਾਣੀ ਹੈ। ਮੈਨੂੰ ਪੂਰੀ ਉਮੀਦ ਹੈ ਕਿ ਸਾਰਿਆਂ ਨੂੰ ਫਿਲਮ ਬਹੁਤ ਅੱਛੀ ਆਊਗੀ। ਸਾਡੇ ਪ੍ਰੋਡਿਊਸਰ ਜੀ ਨੂੰ, ਪੂਰੀ ਟੀਮ ਨੂੰ ਅਤੇ ਤੁਹਾਨੂੰ ਖਾਸ ਕਰਕੇ ਬਹੁਤ ਬਹੁਤ ਮੁਬਾਰਕਬਾਦ। ਅਤੇ ਮੈਨੂੰ ਪੂਰੀ ਉਮੀਦ ਹੈ ਕਿ ਫਿਲਮ ਆਪਣੇ ਜੋ ਆਰਟਿਸਟ ਜਾਂ ਦਰਸ਼ਕ ਪੈਸੇ ਲਾ ਕੇ ਜਾਣਗੇ ਉਹ ਖਰੀ ਉਤਰੂਗੀ। ਆਓ ਸਾਰੇ ਦੇਖੀਏ ਫਿਲਮ ਮਜਨੂੰ। ਧੰਨਵਾਦ ਮੈਮ, ਥੈਂਕ ਯੂ ਸੋ ਮਚ। ਹੁਣ ਮੈਂ ਰਿਕੁਐਸਟ ਕਰਦਾ ਜਸਦੇਵ ਮਾਨ ਸਰ ਨੂੰ, ਉਹ ਪਲੀਜ਼ ਮੂਵੀ ਬਾਰੇ ਥੋੜ੍ਹਾ ਦੱਸਣ, ਆਪਣੇ ਕਰੈਕਟਰ ਬਾਰੇ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਸਾਰਿਆਂ ਦਾ ਧੰਨਵਾਦ, ਪਥਾਰੀ ਸਰ ਦਾ, ਸੁਜਾਤ ਸਰ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਹੜਾ ਜਿੱਦਾਂ ਸਰ ਨੇ ਕਿਹਾ ਵੀ ਬਾਹਰ ਤੋਂ ਆ ਕੇ ਵੀ ਇੱਕ ਪੰਜਾਬੀ ਫਿਲਮ ਬਣਾਉਣੀ ਆਊਟ ਆਫ ਸਟੇਟ ਤੋਂ, ਉਹਦੇ ਕਰਕੇ ਅਸੀਂ ਇਹਨਾਂ ਦਾ ਸਪੈਸ਼ਲ ਧੰਨਵਾਦ ਕਰਦੇ ਹਾਂ ਵੀ ਉਹਨਾਂ ਨੇ ਪੰਜਾਬੀ ਫਿਲਮ ਚੂਜ਼ ਕੀਤੀ। ਇਸ ਫਿਲਮ ਬਾਰੇ ਦੱਸਿਆ ਗਿਆ, ਸਭ ਨੇ, ਮੇਰੇ ਸੀਨੀਅਰ ਬੈਠੇ ਨੇ, ਸਾਰਿਆਂ ਨੇ ਦੱਸਿਆ ਵੀ ਇੱਕ ਪਿਆਰ ਦੀ ਗੱਲ ਕਰਦੀ ਹੈ। ਜਿੱਥੇ ਪਿਆਰ ਦੀ ਗੱਲ ਕਰਦੀ ਹੈ ਉੱਥੇ ਇੱਕ ਨੋਰਮਲ ਪਰਿਵਾਰਾਂ ਦੇ ਵਿੱਚ ਕਿੱਦਾਂ ਦਾ ਚੱਲਦਾ, ਸਾਡੇ ਇੱਕ ਨੋਰਮਲ ਪਰਿਵਾਰ ਕਿਸ ਤਰ੍ਹਾਂ ਉਹਦੇ ਵਿੱਚ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਲੈ ਕੇ, ਛੋਟਿਆਂ ਛੋਟਿਆਂ ਗੁੱਸਿਆਂ ਗਿਲਿਆਂ ਨੂੰ ਲੈ ਕੇ ਇਹ ਇਹਦੇ ਵਿੱਚ ਸਾਰਾ ਕੁਛ ਦਰਸਾਇਆ ਗਿਆ। ਹਰ ਇੱਕ ਤਰ੍ਹਾਂ ਦਾ ਸ਼ੇਡ ਹੈ। ਜਿੱਥੇ ਪਿਆਰ ਦੀ ਗੱਲ ਹੈ ਉੱਥੇ ਥੋੜ੍ਹੇ ਬੋੜੇ ਨੋਕ ਝੋਕ ਆ ਜੇ, ਉਹਨਾਂ ਦੀ ਵੀ ਗੱਲ ਆ। ਕਿੱਦਾਂ ਇੱਕ ਮੇਰਾ ਜਿਹੜਾ ਕਰੈਕਟਰ ਆ ਇਹਦੇ ਵਿੱਚ ਇੱਕ ਲਾਚਾਰ ਬਾਪ ਕਿਸ ਤਰ੍ਹਾਂ ਦਾ ਫੀਲ ਕਰਦਾ ਆਪਦੇ ਬੱਚਿਆਂ ਵਾਸਤੇ, ਇੱਦਾਂ ਦਾ ਕਰੈਕਟਰ ਆ। ਮੈਂ ਹੈਂਡੀਕੈਪ ਇਹਦੇ ਵਿੱਚ ਹੈਗਾ, ਕੁਛ ਨਹੀਂ ਕਰ ਪਾਉਂਦਾ ਆਪਦੇ ਬੱਚਿਆਂ ਵਾਸਤੇ। ਸੋ ਇੱਦਾਂ ਦਾ ਮੇਰਾ ਕਰੈਕਟਰ ਆ। ਸੋ ਬਹੁਤ ਵਧੀਆ ਫਿਲਮ ਆ ਇਹ, ਹਰ ਇੱਕ ਤਰ੍ਹਾਂ ਦਾ ਐਂਟਰਟੇਨ ਇਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ। ਸੋ ਮੈਂ ਫਿਰ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ, ਇੰਨਾ ਕਹਿੰਦਾ ਹੋਇਆ। ਮਜਨੂੰ ਸੱਚੀ ਪੈਸਾ ਵਸੂਲ ਕਰੂਗੀ ਜਦੋਂ ਇਹ ਫਿਲਮ ਹੋਈ। ਥੈਂਕ ਯੂ, ਥੈਂਕ ਯੂ ਸੋ ਮਚ ਸਰ। ਸੋ ਹੁਣ ਮੈਂ ਗੁੱਬਰ ਗਿੱਲ ਸਰ ਨੂੰ ਰਿਕੁਐਸਟ ਕਰਦਾ, ਪਲੀਜ਼ ਉਹ ਵੀ ਥੋੜ੍ਹਾ ਫਿਲਮ 'ਤੇ ਜਾਣਾ ਕੌਣ ਅਤੇ ਆਪਣੇ ਕਰੈਕਟਰ ਬਾਰੇ ਵੀ ਦੱਸੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਧੰਨਵਾਦ ਤੁਸੀਂ ਆਪਣਾ ਕੀਮਤੀ ਵਕਤ ਕੱਢ ਕੇ ਸਾਡੀ ਇਸ ਮਹਿਫਲ ਵਿੱਚ ਸ਼ਿਰਕਤ ਕੀਤੀ। ਮੈਂ ਬੱਬਰ ਗਿੱਲ ਅਤੇ ਮੇਰਾ ਇਸ ਫਿਲਮ ਦੇ ਵਿੱਚ ਕਰੈਕਟਰ ਪੇਜੀ ਦਾ ਹੈ, ਪੇਜੀ ਪਰਫੈਕਟ ਕੰਮ ਕਰਦਾ ਡਾਇਰੈਕਟ। ਤੁਸੀਂ ਮੇਰੇ ਕਿਰਦਾਰ ਨੂੰ ਅਤੇ ਇਸ ਫਿਲਮ ਨੂੰ ਇੱਕ ਵਾਰ ਜ਼ਰੂਰ ਮੈਂ ਮੇਰਾ ਇਸ ਫਿਲਮ ਦੇ ਵਿੱਚ ਕਰੈਕਟਰ ਆ, ਨਾਮ ਹੈ ਪੇਜੀ ਪਰਫੈਕਟ ਕੰਮ ਕਰਦਾ ਡਾਇਰੈਕਟ। ਤੁਸੀਂ ਤੁਸੀਂ ਮੇਰੇ ਕਿਰਦਾਰ ਨੂੰ ਅਤੇ ਇਸ ਫਿਲਮ ਨੂੰ ਵੇਖ ਕੇ ਇੱਕ ਵਾਰੀ ਜ਼ਰੂਰ ਕਰੋਗੇ ਰਿਐਕਟ। ਸੋ ਥੈਂਕ ਯੂ ਕਿਰਨ ਸ਼ੇਰਗਿੱਲ ਮੈਮ, ਜਿਨ੍ਹਾਂ ਨੇ ਮੈਨੂੰ ਇਸ ਫਿਲਮ ਦੇ ਵਿੱਚ ਕਾਸਟ ਕੀਤਾ। ਧੰਨਵਾਦ ਸੁਜਾਤ ਇਕਬਾਲ ਖਾਨ ਡਾਇਰੈਕਟਰ, ਅਤੇ ਪ੍ਰੋਡਿਊਸਰ ਤਿਲੋਕ ਕਠਾਰੀ ਜੀ, ਰਾਈਟਰ ਸਭਾ ਵਰਮਾ ਜੀ, ਅਤੇ ਸਭ ਤੋਂ ਜ਼ਿਆਦਾ ਧੰਨਵਾਦ ਪ੍ਰੀਤ ਪਾਠ ਜੀ, ਮੇਰੇ ਵੀਰ ਵੀ ਨੇ ਜਿਨ੍ਹਾਂ ਨੇ ਮੈਨੂੰ ਆਪਣੇ ਮੇਰਾ ਕਿਰਦਾਰ ਹੀ ਇਹਨਾਂ ਦੇ ਨਾਲ ਆ ਅਤੇ ਇਹਨਾਂ ਨੇ ਮੈਨੂੰ ਬਹੁਤ ਕੋਪਰੇਟ ਕੀਤਾ। ਅਤੇ ਬਾਕੀ ਸਾਰੀ ਕਾਸਟ ਬਹੁਤ ਵਧੀਆ, ਸ਼ਵਿੰਦਰ ਮਾਲ ਸਰ ਜੀ, ਗੁਰਪ੍ਰੀਤ ਭੰਗੂ ਮੈਮ, ਅਤੇ ਸਾਡੇ ਮਿਊਜ਼ਿਕ ਡਾਇਰੈਕਟਰ ਗੁਰਮੀਤ ਭਾਅ ਜੀ, ਬਹੁਤ ਵਧੀਆ ਮਿਊਜ਼ਿਕ ਕੀਤਾ ਹੈ। ਸੋ ਜਿਨ੍ਹਾਂ ਦਾ ਮੈਂ ਨਾਮ ਨਾ ਲੈ ਸਕਿਆ ਹੋਇਆ ਤਾਂ ਮਾਫ਼ ਕਰ ਦਿਓ। ਬਾਕੀ ਬਹੁਤ ਵਧੀਆ ਫਿਲਮ ਆ, 22 ਮਾਰਚ ਨੂੰ ਜ਼ਰੂਰ ਦੇਖ ਕੇ ਆਇਓ। ਫਿਲਮ ਬਹੁਤ ਅੱਛੀ ਫਿਲਮ ਆ, ਰੋਮੈਂਟਿਕ ਫਿਲਮ ਆ। ਥੈਂਕ ਯੂ, ਥੈਂਕ ਯੂ ਸੋ ਮਚ ਸਰ। ਸੋ ਹੁਣ ਜੇ ਆਪਾਂ ਗੱਲ ਕਰੀਏ ਫਿਲਮ ਦੇ ਮਿਊਜ਼ਿਕ ਦੀ, ਫਿਲਮ ਦੇ ਮਿਊਜ਼ਿਕ ਡਾਇਰੈਕਟਰ ਨੇ ਗੁਰਮੀਤ ਭਾਅ ਜੀ। ਸੋ ਮੈਂ ਰਿਕੁਐਸਟ ਕਰਦਾ ਗੁਰਮੀਤ ਭਾਅ ਜੀ ਨੂੰ ਵੀ ਪਲੀਜ਼ ਫਿਲਮ ਦੇ ਵਿੱਚ ਜਿੱਦਾਂ ਮਿਊਜ਼ਿਕ ਹੋਣ ਵਾਲਾ ਇਸ ਫਿਲਮ ਦੇ ਵਿੱਚ ਉਹਦੇ ਬਾਰੇ ਪਲੀਜ਼ ਥੋੜ੍ਹਾ ਦੱਸੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ, ਅਤੇ ਸਭ ਤੋਂ ਪਹਿਲੇ ਸੋਰੀ
ਕੀਪ ਯੂ ਵੇਟਿੰਗ ਜਿੰਨੇ ਵੀ ਮੀਡੀਆ ਵਾਲੇ ਨੇ ਸਾਡੇ, ਇਹਨਾਂ ਨੂੰ ਕਦੀ ਵੀ ਮੀਡੀਆ ਵਾਲੇ ਨੂੰ ਕਦੀ ਵੀ ਵੇਟਿੰਗ ਨਹੀਂ ਕਰਾਉਣੀ ਚਾਹੀਦੀ। ਇਸ ਗੱਲ 'ਤੇ ਪਹਿਲੇ ਤਾੜੀ ਮਾਰੋ। ਸਭ ਤੋਂ ਵੱਡੀ ਗੱਲ ਆਈ ਹੈ ਮੀਡੀਆ ਜਿਨ੍ਹਾਂ ਨੇ ਅੱਜ ਜਿੰਨੀ ਲਾਈਨ ਬੈਠੀ ਹੈ ਇੱਥੋਂ ਲੈ ਕੇ ਉੱਥੋਂ ਤੱਕ, ਜਿਹਦੇ 'ਚ ਪ੍ਰੋਡਿਊਸਰਸ ਹੋਣਗੇ, ਡਾਇਰੈਕਟਰ ਹੋਣਗੇ, ਮਿਊਜ਼ਿਕ ਡਾਇਰੈਕਟਰ ਹੋਣਗੇ, ਐਕਟਰਸ ਹੋਣਗੇ, ਐਕਟਰੈਸ ਹੋਣਗੇ, ਸਿੰਗਰ ਹੋਣਗੇ, ਇੱਕ ਮੀਡੀਆ ਵਾਲੇ ਨੇ ਜਿਹੜਾ ਕਵਰੇਜ ਦੇ ਨਾਲ ਇਹਨਾਂ ਨੂੰ ਫਰਸ਼ ਤੋਂ ਅਰਸ਼ 'ਤੇ ਲੈ ਕੇ ਚਲੇ ਜਾਂਦੇ। ਸੋ ਇਹਨਾਂ ਲਈ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ ਧੰਨਵਾਦ। ਅਤੇ ਹੁਣ ਕਰੀਏ ਪਿਕਚਰ ਦੀ ਗੱਲ। ਦੇਖੋ ਜਿਹੜਾ ਮਿਊਜ਼ਿਕ ਡਾਇਰੈਕਟਰ ਹੁੰਦਾ ਉਹਦਾ ਸਭ ਤੋਂ ਵੱਡਾ ਕੰਮ ਹੈ ਕਿ ਗਾਣੇ ਬਣਾਉਣਾ, ਅਤੇ ਮੈਂ ਤਾਂ ਬਹੁਤ ਛੋਟਾ ਜਿਹਾ ਮਿਊਜ਼ਿਕ ਡਾਇਰੈਕਟਰ ਹਾਂ, ਥੋੜ੍ਹੀਆਂ ਮਾੜੀਆਂ ਪਿਕਚਰਾਂ ਕੀਤੀਆਂ ਅਤੇ ਕੋਸ਼ਿਸ਼ ਕੀਤੀ ਹੈ ਕਿ ਚੰਗਾ ਮਿਊਜ਼ਿਕ ਕਰਾਂ। ਅਤੇ ਫਿਲਮ ਕਿੱਥੋਂ ਦਿਖਦੀ ਹੈ ਤੁਹਾਨੂੰ? ਜਦੋਂ ਮਿਊਜ਼ਿਕ ਡਾਇਰੈਕਟਰ ਬੈਕਗਰਾਊਂਡ ਮਿਊਜ਼ਿਕ ਕਰਦਾ, ਰਾਈਟ? ਅਤੇ ਜਦੋਂ ਬੈਕਗਰਾਊਂਡ ਮਿਊਜ਼ਿਕ ਅਸੀਂ ਕਰਦੇ ਹਾਂ ਤਾਂ ਸਾਨੂੰ ਪਿਕਚਰ ਘੱਟ ਤੋਂ ਘੱਟ ਵੀ 100 ਵਾਰੀ ਪਿਕਚਰ ਵੇਖਣੀ ਪੈਂਦੀ ਹੈ, ਮਿਨੀਮਮ 100 ਵਾਰੀ ਪਿਕਚਰ ਵੇਖਣੀ ਪੈਂਦੀ ਹੈ, ਇੱਕ ਇੱਕ ਸੀਨ ਬਾਰ 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 ਬਾਰ। ਅਤੇ ਅਸੀਂ 100 ਵਾਰੀ ਪਿਕਚਰ ਦੇਖਣ ਤੋਂ ਬਾਅਦ ਵੀ ਬੋਰ ਨਹੀਂ ਹੋਏ। ਕਿਆ ਬਾਤ! ਸੋ ਉਹ ਜਿਹੜੀ ਬੈਕਗਰਾਊਂਡ ਕਰਦੇ ਕਰਦੇ ਪਿਕਚਰ ਦੇ ਵਿੱਚ ਜਿਹੜੀ ਪ੍ਰੀਤ ਦਾ ਜਿਹੜਾ ਰੋਲ ਸੀ, ਸਭਾ ਜੀ ਦਾ ਰੋਲ ਸੀ, ਅਤੇ ਕਿਰਨ ਮੈਡਮ ਜਿਨ੍ਹਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ, ਐਕਟਿੰਗ ਐਕਸਪ੍ਰੈਸ਼ਨ ਇਹਨਾਂ ਦੇ ਬਹੁਤ ਵਧੀਆ। ਪ੍ਰੀਤ ਦਾ ਤਾਂ ਕੀ ਕਹਿਣਾ, ਇਹਨਾਂ 'ਤੇ ਛੱਡ ਹੀ ਦਿਓ, ਆਹ ਤਾਂ ਕਮਾਲ ਦਾ ਬੰਦਾ, ਠੀਕ ਹੈ ਨਾ? ਅਤੇ ਸ਼ਮਿੰਦਰ ਮਾਲ ਜੀ ਕੀ ਕਹਿਣਾ, ਸਾਰੇ ਕੁਛ ਵੀ ਨਹੀਂ ਕਹਿ ਸਕਦੇ ਇਹਨਾਂ ਬਾਰੇ, ਪੰਗੂ ਮੈਡਮ ਹੋਏ। ਅਤੇ ਇੱਧਰ ਸਾਡੇ ਸਿੰਗਰ ਬੈਠੇ ਨੇ ਜੈਸਮੀਨ ਜੀ, ਬਹੁਤ ਵਧੀਆ ਇਹਨਾਂ ਦਾ ਨਾਮ, ਕਮਾਲ। ਸਿਮਰਨ ਭਾਰਦਵਾਜ, ਹੁਣੇ ਤੁਸੀਂ ਇੱਕ ਗਾਣਾ ਦੇਖਿਆ ਨਛੱਤਰ ਗਿੱਲ ਦੇ ਨਾਲ, ਅਤੇ ਇਹਨਾਂ ਦਾ ਬਹੁਤ ਸਾਰੇ ਹੋਰ ਵੀ ਗਾਣੇ, ਲੌਂਗ ਲਾਚੀ 2 ਇਹਨਾਂ ਨੇ ਗਾਇਆ ਸੀ। ਕਿਆ ਬਾਤ! ਸੋ ਬਹੁਤ ਵਧੀਆ ਇਹਨਾਂ ਦੇ ਗਾਣੇ ਚੱਲ ਰਹੇ ਨੇ। ਸਾਡੇ ਜਿਹੜੇ ਕੈਪਟਨ ਆਫ ਦਾ ਸ਼ਿਪ ਸੁਜਾਤ ਖਾਨ ਜੀ, ਡਾਇਰੈਕਟਰ ਸਾਹਿਬ, ਠੀਕ ਹੈ, ਅਤੇ ਜਿਹਨਾਂ ਤੋਂ ਪੈਸਾ ਆਉਂਦਾ ਸਭ ਤੋਂ ਵੱਡੇ, ਤਾਂ ਉਹੀ ਸਾਡੇ ਮਾਈ ਬਾਪ ਨੇ, ਠੀਕ ਹੈ। ਆ ਹੈਗਾ ਸਾਡੇ ਕਠਾਰੀ ਸਾਹਿਬ, ਰਾਜਸਥਾਨ ਦੀ ਮਿੱਟੀ ਤੋਂ ਜੰਮੇ, ਚੰਗੀ ਖੁਸ਼ਬੂ ਦੇ ਮਾਲਕ, ਅਤੇ ਪੰਜਾਬੀ ਪਿਕਚਰ ਬਣਾਈ ਹੈ, ਇਸ ਗੱਲ 'ਤੇ ਬਹੁਤ ਵੱਡਾ ਮਾਣ ਹੈ, ਇਹ ਰਾਜਸਥਾਨ ਤੋਂ ਆ ਕੇ ਪੰਜਾਬੀ ਪਿਕਚਰ ਬਣਾਈ। ਅਤੇ ਸਾਰੇ ਵੀ ਜਿੰਨੇ ਵੀ ਨੇ, ਹਸ਼ਮਤ ਸੁਲਤਾਨਾ ਜੀ ਆਏ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਕੁੱਲ ਮਿਲਾ ਕੇ ਪਿਕਚਰ 22 ਮਾਰਚ ਨੂੰ ਦੇਖਣ ਲਾਇਕ ਹੈ, ਆਹ ਮੇਰਾ ਦਾਅਵਾ ਮਿਊਜ਼ਿਕ ਡਾਇਰੈਕਟਰ ਦਾ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ ਸਰ। ਸੋ ਹੁਣ ਮੈਂ ਰਿਕੁਐਸਟ ਕਰਦਾ ਹਾਂ ਜਸਮੀਨ ਅਖਤਰ ਜੀ, ਉਹਨਾਂ ਨੂੰ ਵੀ ਪਲੀਜ਼ ਥੋੜ੍ਹਾ ਦੱਸਣ ਫਿਲਮ ਦੇ ਮਿਊਜ਼ਿਕ ਬਾਰੇ ਐਂਡ ਫਿਲਮ ਦੇ ਗਾਣੇ ਬਾਰੇ। ਥੈਂਕ ਯੂ ਜੀ। ਸਭ ਤੋਂ ਪਹਿਲਾਂ ਸਾਰੇ ਮੀਡੀਆ ਨੂੰ ਵੈਲਕਮ ਕਰਦੇ ਹਾਂ, ਔਰ ਬਹੁਤ ਬਹੁਤ ਮੁਬਾਰਕਬਾਦ ਹੈ ਸਾਰੀ ਟੀਮ ਨੂੰ, ਸਟਾਰ ਕਾਸਟਿੰਗ ਨੂੰ। ਬਹੁਤ ਅੱਛੀ ਮੂਵੀ ਹੈ ਟ੍ਰੇਲਰ ਦੇ ਹਿਸਾਬ ਨਾਲ ਜੋ ਦੇਖਿਆ ਆਪਾਂ। ਸੋ ਬਹੁਤ ਹੀ ਅੱਛਾ ਮਿਊਜ਼ਿਕ ਹੈ ਜੋ ਸਾਡੇ ਰਿਸਪੈਕਟਿਡ ਗੁਰਵੀਰ ਸਿੰਘ ਭਾਅ ਜੀ ਨੇ, ਲੱਖਾਂ ਹੀ ਆਰਟਿਸਟ ਬਣਾਏ ਨੇ, ਸਾਰੇ ਅੱਧਾ ਪੰਜਾਬ ਜਿਨ੍ਹਾਂ ਨੇ ਹਿੱਟ ਕੀਤਾ। ਕਿਆ ਸਿਮਰਨ ਜੀ, ਸੋ ਸਿਮਰਨ ਜੀ ਨੂੰ ਮੌਕਾ ਮਿਲਿਆ ਇਸ ਮੂਵੀ 'ਚ ਕੰਮ ਕਰਨ ਦਾ, ਹਸ਼ਮਤ ਸੁਲਤਾਨਾ ਜੀ ਨੂੰ, ਔਰ ਮੈਂ ਵੀ ਇਸ ਮੂਵੀ ਦਾ ਹਿੱਸਾ ਬਣੀ ਹੈ। ਬਹੁਤ ਪਿਆਰਾ ਗਾਣਾ ਮੇਰੇ ਹਿੱਸੇ ਆਇਆ। ਸੋ ਕਿਰਨ ਜੀ ਦੀ ਵੀ ਮੈਨੂੰ ਕਾਲ ਆਈ ਸੀ ਇਸ ਦੇ ਰਿਗਾਰਡਿੰਗ। ਸੋ ਮੈਂ ਥੈਂਕਸ ਕਰਦੀ ਹਾਂ ਸਾਰੀ ਟੀਮ ਦਾ, ਅਤੇ ਮੁਬਾਰਕਬਾਦ ਦਿੰਦੀ ਹਾਂ, ਬਹੁਤ ਪਿਆਰੀ ਮੂਵੀ ਹੈ। ਮੀਡੀਆ ਦਾ ਥੈਂਕਸ ਕਰਦੀ ਹਾਂ, ਮੀਡੀਆ ਨੂੰ ਮੈਂ ਸਪੈਸ਼ਲ ਕਹੂੰਗੀ, ਜਿੱਦਾਂ ਭਾਅ ਜੀ ਨੇ ਕਿਹਾ ਕਿ ਤੁਸੀਂ ਹੀ ਫਰਸ਼ਾਂ ਤੋਂ ਅਰਸ਼ਾਂ 'ਤੇ ਲਿਜਾਣ ਵਾਲੇ ਹੋ। ਸੋ ਇਸ ਮੂਵੀ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਿਓ, ਗਾਹ ਪਾ ਦਿਓ, ਪੰਜਾਬੀਆਂ ਦੇ ਕਹਿਣ ਤੋਂ ਭਾਵ ਕਿ ਗਾਹ ਪਾ ਦਿਓ ਤੁਸੀਂ ਹਰ ਜਗ੍ਹਾ। ਸੋ ਪ੍ਰੀਤ ਬਾਠ ਜੀ, ਸੈਬੀ ਸੂਬੀ ਜੀ, ਕਿਰਨ ਸ਼ੇਰਗਿੱਲ ਜੀ, ਪੰਗੂ ਮੈਮ, ਨਿਰਮਲ ਬਿਸ਼ੀ ਮੈਮ, ਸੋ ਸਾਰੀ ਕਾਸਟਿੰਗ ਦਾ ਮੈਂ ਥੈਂਕਸ ਕਰਦੀ ਹਾਂ ਜੀ।
ਔਰ ਬੜੀ ਮਾਣ ਵਾਲੀ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਮੈਂ ਇਸ ਮੂਵੀ ਦਾ ਹਿੱਸਾ ਬਣੀ ਹਾਂ। ਸਿਮਰਨ ਪਾਤਰ ਹਾਂਜੀ, ਉਹ ਗਾਣਾ ਸੁਣਨਾ ਚਾਹੁੰਦੇ ਤੁਹਾਡੇ ਕੋਲ ਪਲੀਜ਼ ਥੋੜ੍ਹਾ ਮੋਮਬੱਤੀ ਸੁਣਾ ਦਈਏ ਫਿਰ ਆਪਾਂ, ਹੈ ਨਾ? ਦੋ ਕੁ ਲਾਈਨਾਂ, ਇੱਕ ਸੈਕਿੰਡ, ਫੋਨ 'ਚ ਹੈਗਾ। ਮੋਮਬੱਤੀ ਵਾਂਗੂ ਖੁਰਦੇ ਖੁਰਦੇ ਖੁਰ ਗਿਆ, ਮੋਮਬੱਤੀ ਵਾਂਗੂ ਖੁਰਦੇ ਖੁਰਦੇ ਖੁਰ ਗਿਆ, ਹਨੇਰਿਆਂ ਦਾ ਜ਼ੋਰ ਪੈ ਗਿਆ, ਹੋ ਕੇ ਅੰਦਰੋਂ ਅੰਦਰੀ ਰੋਕੇ ਬੜੇ ਕਮਲੀ ਨੇ, ਹੋ ਕੇ ਅੰਦਰੋਂ ਰੋਕੇ ਬੜੇ ਕਮਲੀ ਨੇ, ਹੰਝੂਆਂ ਦਾ ਸ਼ੋਰ ਪੈ ਗਿਆ ਮੋਮਬੱਤੀ ਵਾਂਗੂ। ਥੈਂਕ ਯੂ, ਕਿਆ ਬਾਤ ਹੈ, ਬਹੁਤ ਖੂਬਸੂਰਤ। ਸੋ ਵਾਕੀ ਬਹੁਤ ਹੀ ਪਿਆਰਾ ਗਾਣਾ, ਜਿਸ ਦਿਨ ਅਸੀਂ ਡੱਬ ਵੀ ਕੀਤਾ। ਸੋ ਮੈਂ ਭਾਅ ਜੀ ਨੂੰ ਕਿਹਾ ਕਿ ਭਾਅ ਜੀ ਤੁਹਾਡਾ ਬਹੁਤ ਬਹੁਤ ਥੈਂਕਸ ਕਿ ਇੰਨਾ ਪਿਆਰਾ ਗਾਣਾ, ਜਿਉਂ ਮੇਰਾ ਕਰੀਅਰ ਸ਼ੁਰੂ ਹੋਇਆ ਕਿ ਇਹ ਮੇਰੀ ਲਾਈਫ ਦਾ ਬੈਸਟ ਸੌਂਗ ਹੋਊਗਾ। ਥੈਂਕ ਯੂ ਵੈਰੀ ਮੱਚ ਕਿਰਨ ਜੀ, ਥੈਂਕ ਯੂ। ਥੈਂਕ ਯੂ ਸੋ ਮਚ। ਯੈਸ, ਹੁਣ ਸਿਮਰਨ ਹੁਣਾਂ ਵੱਲ ਪਲੀਜ਼ ਥੋੜ੍ਹਾ ਵੀ, ਤੁਸੀਂ ਅੱਜ ਤੁਹਾਡਾ ਗਾਣਾ ਰਿਲੀਜ਼ ਹੋ ਰਿਹਾ ਸ਼ਾਮੀ 6 ਵਜੇ ਫਿਲਮ ਦਾ, ਅਤੇ ਅਸੀਂ ਗਾਣਾ ਸੁਣ ਵੀ ਲਿਆ, ਬਹੁਤ ਪਿਆਰਾ ਗਾਣਾ, ਸੋ ਤੁਸੀਂ ਪਲੀਜ਼ ਥੋੜ੍ਹਾ ਦੱਸੋ ਉਹ ਗਾਣੇ ਬਾਰੇ। ਸਭ ਤੋਂ ਪਹਿਲੇ ਜਿੱਦਾਂ ਜੈਸਮਿਨ ਨੇ ਬੋਲਿਆ, ਥੈਂਕ ਯੂ ਸੋ ਮਚ। ਤੁਸੀਂ ਕਿਹਾ ਕਿ ਗੁਰਮੀਤ ਜੀ ਆਰਟਿਸਟ ਬਣਾਉਂਦੇ ਨੇ, ਆਈ ਐਮ ਵਨ ਆਫ ਦੈਮ। ਮੈਂ ਉਹਨਾਂ ਦੀ ਵਜ੍ਹਾ ਤੋਂ ਹੀ ਅੱਜ ਇੱਥੇ ਹਾਂ, ਬਿਕੋਜ਼ ਜਦੋਂ ਮੈਂ ਆਈ ਸੀ ਨੋਬਡੀ ਨੋਜ਼ ਹੋਈ ਸਿਮਰਨ ਭਾਰਦਵਾਜ, ਜਦ ਤੱਕ ਮੌਕਾ ਕੋਈ ਨਹੀਂ ਦਿੰਦਾ ਉਦੋਂ ਤੱਕ ਤੁਸੀਂ ਅੱਗੇ ਨਹੀਂ ਆਉਂਦੇ, ਅਤੇ ਮੈਨੂੰ ਮੌਕਾ ਦੇਣ ਵਾਲੇ, ਮੈਨੂੰ ਇੱਥੇ ਤੱਕ ਪਹੁੰਚਾਉਣ ਵਾਲੇ ਗੁਰਮੀਤ ਜੀ ਨੇ, ਥੈਂਕ ਯੂ ਸੋ ਮਚ ਗੁਰਮੀਤ ਜੀ। ਅੱਜ ਮੈਂ ਇੱਥੇ ਹਾਂ ਤੁਹਾਡੀ ਵਜ੍ਹਾ ਤੋਂ। ਔਰ ਆਹ ਗੱਲ ਮੈਂ ਦੱਸਾਂ ਕਿ ਜਦੋਂ ਮੈਂ ਆਈ ਸੀ, ਸਭ ਤੋਂ ਪਹਿਲਾ ਗਾਣਾ ਮੈਂ ਇਸੇ ਪਿਕਚਰ ਦਾ ਗਾਇਆ ਸੀ। ਇਸ ਮੂਵੀ ਦੇ ਅੰਦਰ ਬੇਦਰਦੀਆ ਸੌਂਗ ਹੈ, ਉਹ ਮੇਰਾ ਸਭ ਤੋਂ ਪਹਿਲਾ ਗਾਣਾ ਸੀ ਜਿਹੜਾ ਮੈਂ ਗੁਰਮੀਤ ਜੀ ਦੇ ਨਾਲ ਆ ਕੇ ਗਾਇਆ ਸੀ। ਉਹ ਡਮੀ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਉਹੀ ਫਾਈਨਲ ਹੋ ਜਾਏਗਾ ਗਾਣਾ। ਮੇਰਾ ਮਤਲਬ ਸਭ ਤੋਂ ਪਹਿਲਾ ਗਾਣਾ ਉਹੀ ਸੀ ਜਿਹੜਾ ਮੈਂ ਆ ਕੇ ਡੱਬ ਕੀਤਾ ਸੀ, ਉਹ ਬੇਦਰਦੀਆ ਗਾਣਾ ਸੀ। ਔਰ ਜਿੱਦਾਂ ਕਿ ਟੀਮ ਸਾਰੀ, ਜਦ ਤੱਕ ਮੀਡੀਆ ਨਹੀਂ ਹੋਏਗੀ ਤਦ ਤੱਕ ਸਿੰਗਰ, ਐਕਟਰ, ਪ੍ਰੋਡਿਊਸਰ, ਡਾਇਰੈਕਟਰ ਲੋਕਾਂ ਤੱਕ ਨਹੀਂ ਪਹੁੰਚਣਗੇ ਕਿ ਕੌਣ ਸਿੰਗਰ ਹੈ, ਕੌਣ ਡਾਇਰੈਕਟਰ ਹੈ, ਕੌਣ ਮਿਊਜ਼ਿਕ ਡਾਇਰੈਕਟਰ ਹੈ। ਥੈਂਕਸ ਟੂ ਮੀਡੀਆ ਇੰਨਾ ਜ਼ਿਆਦਾ ਪਿਆਰ ਦੇਣ ਲਈ, ਇੰਨੇ ਜ਼ਿਆਦਾ ਸਾਰੇ ਗਾਣਿਆਂ ਨੂੰ ਪਿਆਰ ਦੇਣ ਲਈ। ਔਰ ਜਦ ਤੱਕ ਆਹ ਵਾਲੀ ਮੂਵੀ ਦੀ ਗੱਲ ਕਰਾਂ ਮੈਂ, ਤਾਂ ਆਹ ਮੂਵੀ ਇੰਨੀ ਅੱਛੀ ਹੈ, ਮੈਂ ਜਿਹੜਾ ਗਾਣਾ ਰਿਕਾਰਡ ਕੀਤਾ ਸੀ, ਮੈਨੂੰ ਮੌਕਾ ਮਿਲਿਆ ਨਛੱਤਰ ਭਾਅ ਜੀ ਦੇ ਨਾਲ ਰਿਕਾਰਡ ਕਰਨ ਦਾ। ਥੈਂਕ ਯੂ ਸੋ ਮੱਚ, ਥੈਂਕਸ ਟੂ ਗੁਰਮੀਤ ਜੀ ਐਂਡ ਉਸ ਤੋਂ ਬਾਅਦ ਸਾਡੀ ਜਿਹੜੀ ਕਿਰਨ ਹੈ ਉਹਨਾਂ ਦਾ ਥੈਂਕ ਯੂ, ਥੈਂਕਸ ਟੂ ਪ੍ਰੋਡਿਊਸਰਸ, ਥੈਂਕਸ ਟੂ ਡਾਇਰੈਕਟਰਸ ਜਿਨ੍ਹਾਂ ਨੇ ਗਾਣੇ ਨੂੰ ਅਪਰੂਵਲ ਦੇ ਦਿੱਤਾ ਕਿ ਗਾਣਾ ਚਲੋ ਵਧੀਆ ਹੈ। ਥੈਂਕਸ ਟੂ ਆਲ ਦ ਟੀਮ, ਥੈਂਕ ਯੂ, ਥੈਂਕ ਯੂ ਸੋ ਮੱਚ। ਔਰ ਮੈਂ ਦੱਸਦੀ ਹਾਂ ਕਿ ਮੂਵੀ ਸੁਪਰ ਹਿੱਟ ਹੈ, ਮਜਨੂੰ ਬਹੁਤ ਪੁਰਾਣੇ ਟਾਈਮ ਤੋਂ ਚੱਲਦਾ ਆ ਰਿਹਾ ਨਾਂ। ਜਦੋਂ ਕਹਿੰਦੇ ਨੇ ਕਿ ਬਹੁਤ, ਜਦੋਂ ਤੁਸੀਂ ਕਿਸੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਤਾਂ ਕਹਿੰਦੇ ਕਿ ਹਾਂ ਨਹੀਂ ਆ ਤਾਂ ਮਜਨੂੰ ਫਿਰ ਰਿਹਾ ਨਾ। ਸੱਚੀ ਗੱਲ ਹੈ, ਬਹੁਤ ਜ਼ਿਆਦਾ ਹੀ ਪਿਆਰ ਹੋਇਆ ਮੂਵੀ ਦੇ ਅੰਦਰ, ਔਰ ਮੈਂ ਕਹਿ ਸਕਦੀ ਹਾਂ ਕਿ ਮੂਵੀ ਮਜਨੂੰ ਟਾਈਟਲ ਬਿਲਕੁਲ ਸੁਪਰ ਹਿੱਟ ਹੈ, ਬਹੁਤ ਅੱਛੀ ਮੂਵੀ ਹੈ, ਜ਼ਰੂਰ ਆਇਆ ਦੇਖਣ। ਐਂਡ ਥੈਂਕਸ ਟੂ ਆਲ ਕਿ ਮੈਨੂੰ ਵੀ ਮੌਕਾ ਦਿੱਤਾ ਔਰ ਅੱਜ ਮੈਂ ਇੱਥੇ ਬੈਠੀ ਹਾਂ। ਥੈਂਕ ਯੂ ਸੋ ਮੱਚ, ਥੈਂਕ ਯੂ ਸੋ ਮੱਚ, ਥੈਂਕ ਯੂ ਸੋ ਮੱਚ। ਬਟ ਹੁਣ ਮਾਈਕ ਤੁਹਾਡੇ ਹੱਥ ਦੇ ਵਿੱਚ, ਅਸੀਂ ਗਾਣਾ ਸੁਣੇ ਬਿਨਾਂ ਮਾਈਕ ਅੱਗੇ ਫੋਰਵਰਡਿੰਗ ਸਰ, ਇੱਕ ਵਾਰ ਉਸੇ ਗਾਣਾ ਸੁਣਨਾ ਹੈ ਆਪਣੇ, ਉਸੇ ਇੱਕ ਵਾਰ ਗਾਣਾ ਸੁਣਨਾ ਹੈ। ਹਾਂਜੀ, ਯੈਸ, ਸੋ ਲੀਜਨ ਰਿਕੁਐਸਟ ਇੱਕ ਪ੍ਰੀਤ ਨਾਮ 'ਤੇ ਗਾਣਾ ਹੋਊਗਾ, ਉਹ ਵੀ ਸਟੈਂਡ ਬਾਈ 'ਤੇ ਰੱਖੋ, ਐਂਡ ਇੱਕ ਵਾਰੀ ਆਪਾਂ ਸਾਰਿਆਂ ਨੇ ਇੰਟਰੈਕਸ਼ਨ ਕਰਕੇ। ਯੈਸ, ਆਓ ਟੂ ਆਰ ਪ੍ਰੋਡਿਊਸਰ ਸਰ, ਸਰ ਕਹਿੰਦੇ ਨਾ ਜਹਾਂ ਸੇ ਪੈਸਾ ਹੈ ਆਪਕੇ
ਸਤਿ ਸ਼੍ਰੀ ਅਕਾਲ। ਹੈਂ ਰਾਜਸਥਾਨ ਸੇ ਮਹਾਰਾਸ਼ਟਰ ਔਰ ਮਹਾਰਾਸ਼ਟਰ ਸੇ ਪੰਜਾਬ। ਪੰਜਾਬ ਕੀ ਧਰਤੀ ਮੇਂ ਕੁਛ ਜ਼ਿਆਦਾ ਹੀ ਅਟ੍ਰੈਕਸ਼ਨ ਹੈ। ਤੋ ਜਬ ਅਟ੍ਰੈਕਸ਼ਨ ਸ਼ਬਦ ਜੋ ਆਤਾ ਹੈ ਵੋ ਇੱਕ ਪਿਆਰ ਸੇ ਜੁੜਾ ਹੋਤਾ ਹੈ। ਤੋ ਹਮਾਰੇ ਰਾਈਟਰ ਸਾਹਿਬ ਔਰ ਡਾਇਰੈਕਟਰ ਸਾਹਿਬ ਸਭ ਮਿਲ ਕੇ ਪਲਾਨ ਕੀਤੇ ਕਿ ਵੀ ਅਟ੍ਰੈਕਸ਼ਨ ਪੇ ਕਿਆ ਬਣਾਇਆ ਜਾਏ। ਤੋ ਉਹਨਾਂ ਬੋਲਿਆ ਕਿ ਅਟ੍ਰੈਕਸ਼ਨ ਪੇ ਤੋ ਮਜਨੂੰ ਹੋ ਸਕਤਾ ਹੈ ਜਾਂ ਪਿਆਰ ਹੋ ਸਕਤਾ ਹੈ। ਤੋ ਹਮਨੇ ਵਹਾਂ ਸੇ ਸ਼ੁਰੂਆਤ ਕੀ ਇੱਕ ਪੰਜਾਬ ਮੇਂ ਪਿਆਰ ਕੋ ਜਗਾਨਾ। ਤੋ ਪੰਜਾਬ ਵੈਸੇ ਵੀ ਪਿਆਰ ਭਰਾ ਹੈ। ਯਹਾਂ ਕੀ ਹਰਿਆਲੀ, ਯਹਾਂ ਕੇ ਲੋਕ, ਯਹਾਂ ਕੀ ਬੋਲੀ ਇੱਕ ਅਲੱਗ ਹੀ ਸੰਦੇਸ਼ ਦੇਤੀ ਹੈ। ਤੋ ਹਮ ਚਾਹੇਂਗੇ ਕਿ ਇਹ ਫਿਲਮ ਬਹੁਤ ਹੀ ਅੱਛਾ ਲੋਕਾਂ ਕੇ ਤੱਕ ਪਹੁੰਚੇ ਔਰ ਇਹ ਆਪਣਾ ਕੰਮ ਹੈ ਲੋਕਾਂ ਤੱਕ ਪਹੁੰਚਣ। ਜੈ ਰਾਜਸਥਾਨ, ਜੈ ਪੰਜਾਬ, ਜੈ ਮਹਾਰਾਸ਼ਟਰ, ਜੈ ਹਿੰਦ, ਜੈ ਭਾਰਤ। ਥੈਂਕ ਯੂ ਸੋ ਮਚ। ਸੋ ਯੈਸ, ਹਸ਼ਮਤ ਅਨ ਸੁਲਤਾਨਾ, ਪਲੀਜ਼ ਤੁਸੀਂ ਜਿੰਨੇ ਵੀ ਗਾਣੇ ਗਾਏ ਹੈ ਨਾ ਜਿੰਨੀਆਂ ਫਿਲਮਾਂ ਦੇ ਵਿੱਚ, ਸਾਰੇ ਗਾਣੇ ਸੁਪਰ ਹਿੱਟ ਹੋਏ ਆ। ਸੋ ਇਸ ਫਿਲਮ ਦੇ ਵਿੱਚ ਵੀ ਤੁਸੀਂ ਗਾਣਾ ਗਾ ਰਹੇ ਹੋ ਵੀ ਗੁਰਮੀਤ ਭਾਅ ਜੀ ਨੇ ਮਿਊਜ਼ਿਕ ਕੀਤਾ। ਸੋ ਇੱਕ ਵਾਰੀ ਜੇ ਕਹਿੰਦੇ ਹੋ ਆਪਾਂ ਗਾਣਾ ਪਲੇ ਪਹਿਲਾਂ ਕਰਵਾ ਦਿੰਦੇ, ਤੁਹਾਨੂੰ ਵੀ ਯਾਦ ਆ ਜਾਏ ਨਾ। ਖੁਸ਼ਕਿਸਮਤ ਹੈ ਕਿ ਸਾਨੂੰ ਇੰਨਾ ਅੱਛਾ ਗਾਣਾ ਮਿਲਿਆ ਔਰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਇੱਕ ਵਾਰ ਫਿਰ ਤੋਂ ਸਾਰੀ ਟੀਮ ਨੂੰ। ਅਸੀਂ ਵੀ ਫਿਲਮ ਸਾਰਿਆਂ ਦੇ ਨਾਲ ਦੇਖਾਂਗੇ ਅਤੇ ਤੁਸੀਂ ਸਾਰੇ ਜਾਣੇ ਜ਼ਰੂਰ ਦੇਖਿਓ ਕਿਉਂਕਿ ਸਾਰੀ ਟੀਮ ਦੀ ਬਹੁਤ ਜ਼ਿਆਦਾ ਮਿਹਨਤ ਹੈ ਔਰ ਬਹੁਤ ਅੱਛੀ ਮੂਵੀ ਹੈ, ਤੁਸੀਂ ਸਾਰੇ ਜਾਣੇ ਜ਼ਰੂਰ ਦੇਖਿਓ। ਥੈਂਕ ਯੂ ਸੋ ਮਚ। ਯੈਸ, ਸੋ ਹੁਣ ਵਾਰੀ ਹੈ ਫਿਲਮ ਦੇ ਡਾਇਰੈਕਟਰ ਸੁਜ਼ਾਦ ਇਕਬਾਲ ਖਾਨ ਸਰ, ਉਹਨਾਂ ਦੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਪਲੀਜ਼ ਇਹਨਾਂ ਲਈ। ਬੰਬੇ ਤੋਂ ਆ ਕੇ ਪੰਜਾਬੀ ਫਿਲਮ ਬਣਾਈ ਹੈ, ਤਾਂ ਸਰ ਮਤਲਬ ਕੈਸਾ ਲੱਗ ਰਿਹਾ ਪੰਜਾਬ ਮੇਂ ਆ ਕੇ ਔਰ ਪੰਜਾਬੀ ਮੂਵੀ ਬਣਾ? ਪੰਜਾਬ ਆ ਕੇ ਤਾਂ ਹਮੇਸ਼ਾ ਮਜ਼ਾ ਹੀ ਆਉਂਦਾ, ਤਾਂ ਮੈਂ ਜ਼ਿਆਦਾ ਨਹੀਂ ਕਹੂੰਗਾ, ਇੱਕ ਸ਼ੇਰ ਕਹਿਣਾ ਚਾਹੂੰਗਾ ਕਿ ਸ਼ੇਰ ਲਾਜਵਾਬ ਹੈ ਹੱਥ ਮੇਂ ਕਿਤਾਬ ਹੈ, ਸ਼ੇਰ ਲਾਜਵਾਬ ਹੈ ਹੱਥ ਮੇਂ ਕਿਤਾਬ ਹੈ, ਕਾਮਯਾਬੀ ਤੋਂ ਕੱਲ ਹੈ ਅੱਜ ਸਿਰਫ ਖੁਆਬ ਹੈ। ਕਿਆ ਬਾਤ, ਇਹ ਖੁਆਬ ਲੈ ਕੇ ਹਮ ਸਭ ਯਹਾਂ ਕੋਠਾਰੀ ਸਰ, ਕਿਰਨ ਸ਼ਰਗਿਲ, ਮਜਨੂੰ ਜੀ, ਸੈਬੀ, ਜਿਤਨੀ ਵੀ ਟੀਮ ਹੈ, ਹਮ ਸਭ ਨੇ ਖੁਆਬ ਦੇਖਾ ਹੈ ਔਰ ਮੈਨੂੰ ਪੂਰਾ ਯਕੀਨ ਹੈ ਕਿ ਇਹ ਜ਼ਰੂਰ ਪੂਰਾ ਹੋਗਾ ਔਰ ਆਪ ਹੀ ਕਿਧਰੋਂ ਹੋਗਾ। ਬਾਕੀ ਸਾਰਿਆਂ ਨੂੰ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਕਿ 22 ਮਾਰਚ ਨੂੰ ਇਹ ਫਿਲਮ ਆ ਰਹੀ ਹੈ ਅਤੇ ਜਿੰਨਾ ਹੋ ਸਕੇ ਉਨਾ ਸਪਰੈਡ ਕਰ ਦਿਉ ਅਤੇ ਸਾਨੂੰ ਸਪੋਰਟ ਕਰੋ। ਬਾਕੀ ਥੈਂਕ ਯੂ ਸੋ ਮੱਚ ਐਵਰੀਵਨ। ਬਿਲਕੁਲ, ਮਜਨੂੰ ਹਮੇਸ਼ਾ ਹੀ ਤੰਗ ਹੁੰਦੇ ਨੇ। ਹੁੰਦਾ ਹੀ ਨਹੀਂ, ਹਾਂ ਸਹੀ ਬੋਲ ਜੀ।